अफसोस तो की करना उन्होंने, वो तो खुद एक कह रहे हैं भी वो तो आपके बीमारियों के कारण मरे ने। इतनी जो साढ़े बिच जाके बैठे कोई साढ़े झंडे चकन, कोई साडा झंडा नहीं चकते, ये तो अपने वोटों फिरते हैं पार्टियां बनाते अपन रैलियां कढ़ते हैं। जब साडा हल हो जी असं भी ना है वोटों के पिछे भी पाइं हूँ भी कितने पावे, मतलब यह भी साडा हल इन्हें संघ समूहते का होंगे, जब उतों साडा कोई हल होगा फिर ही है, फिर असं कहे भी हाँ साढ़े ना है तैती है कोई सरकार बैठी है, कोई उत्थे जाके नाल तां साडे बैठे नहीं। हर एक एकण कहिंदा मैं किसानां दे नाल, मोदी भी कहिंदा मैं किसानां दे नाल, पर किसानां दे नाल किसानां दी सुन के बणो ना, जिम दे वादे आ ग्राउंडां दे वादे भी साडे वादे दस पहला कित्थे ने, साडी डिफेंसरी उत्थी पई आ। तीन काले कानूनां नूं लै के किसानां वल्लों आर पार दी लड़ाई लड़ी जा रही है। दिल्ली दे बरूहां ते करीब 10 महीने का समा हो गया, किसानों वालों लगातार केंद्र सरकार के खिलाफ रोस प्रदर्शन कर रहे हैं, पर केंद्र सरकार अपने अड़ीले रवैये ते अड़ी हुई है। दूजे पासे जो सियासी लीडर ने उन्हां दा बाइकाट भी करना शुरू कर दिता है। असी हाँ नाभा ब्लाक के पिंड लवाणा विखे, लवाणा विखे तुसी तस्वीर वेख सकते हो जो किसान ने जो केंद्र सरकार के खिलाफ नारेबाजी कर रहे हैं। इन का यही कहना कि जो तक काले कानून रद्द नहीं होंगे उ तक पिंड किसी भी सियासी पार्टी के लीडर वड़ नहीं दिता जाएगा। जे कोई व्यक्ति किसी लीडर अपने घर बुला है तो उस लीडर का चमचा समझा जाएगा, तो सारे पिंड वालों उसका विरोध अते बाइकाट किया जाएगा। साढ़े नाल पिंड वासी ने उन्होंने गल करते ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਜੋ ਬਾਈਕਾਟ ਕਰਨ ਦਾ ਤੁਸੀਂ ਜਿਹੜਾ ਹੈਗਾ ਇੱਥੇ ਐਲਾਨ ਕੀਤਾ ਪਿੰਡ ਵਾਸੀਆਂ ਵੱਲੋਂ? ਬਾਈਕਾਟ ਤਾਂ ਇਹੀ ਹੈ ਵੀ ਸਾਡੇ ਨਾਲ ਕੋਈ ਹੱਲ ਨਹੀਂ, ਸਾਡਾ ਕੋਈ ਹੱਲ ਜਿੰਨਾ ਕੋਈ, ਨਾ ਤਾਂ ਪੰਜਾਬ ਸਰਕਾਰ ਤੁਰੀ ਹੈ ਸਾਡੇ ਨਾਲ, ਕੋਈ ਸਰਕਾਰ ਸਾਡੇ ਨਾਲ ਨਹੀਂ ਤੁਰਦੀ। ਜਦ ਸਾਡਾ ਹੱਲ ਹੋ ਜੀ ਅਸੀਂ ਵੀ ਨਾਲ ਹੈ ਵੋਟਾਂ ਦੇ ਪਿੱਛੇ ਵੀ ਪਾਈਆਂ ਹੁਣ ਵੀ ਕਿਤੇ ਪਾਵਾਂਗੇ, ਮਤਲਬ ਇਹ ਵੀ ਸਾਡਾ ਹੱਲ ਇਹਨਾਂ ਸੰਘ ਸਮੂਹਤੇ ਦਾ ਹੁੰਦਾ, ਜਾਂ ਉੱਥੋਂ ਸਾਡਾ ਕੋਈ ਹੱਲ ਹੋਊਗਾ ਫਿਰ ਹੀ ਹੈ, ਫਿਰ ਅਸੀਂ ਕਹਾਂਗੇ ਵੀ ਹਾਂ ਸਾਡੇ ਨਾਲ ਹੈ ਤੈਤੀ ਜਾਂ ਕੋਈ ਸਰਕਾਰ ਬੈਠੀ ਹੈ, ਕੋਈ ਉੱਥੇ ਜਾ ਕੇ ਨਾਲ ਤਾਂ ਸਾਡੇ ਬੈਠਿਆ ਨਹੀਂ। ਸਾਰੀ ਪਾਰਟੀਆਂ ਦਾ ਕਹਿ ਰਹੇ ਨੇ ਵੀ ਅਸੀਂ ਤਾਂ ਕਿਸਾਨ ਹਿਤੈਸ਼ੀ ਹਾਂ, ਤੁਸੀਂ ਕਿਸੇ ਨੂੰ ਮੰਨਦੇ ਹੋ? ਅਸੀਂ ਤਾਂ ਕਿਸੇ ਨੂੰ ਨਹੀਂ ਮੰਨਦੇ, ਇੱਥੇ ਜਾਂ ਤਾਂ ਜੇ ਸਾਡੇ ਵਿੱਚ ਜਾ ਕੇ ਬੈਠੇ ਕੋਈ ਸਾਡੇ ਝੰਡੇ ਚੱਕਣ, ਕੋਈ ਸਾਡਾ ਝੰਡਾ ਨਹੀਂ ਚੱਕਦੇ, ਇਹ ਤਾਂ ਆਪਣੀਆਂ ਵੋਟਾਂ ਨੂੰ ਫਿਰਦੇ ਨੇ ਪਾਰਟੀਆਂ ਬਣਾਉਂਦੇ ਆਪਣੀਆਂ ਰੈਲੀਆਂ ਕੱਢਦੇ ਨੇ, ਕਹਾਉਣਗੇ ਸਾਡੇ ਉੱਥੇ ਬੈਠੇ ਹੁਣ ਕਿੰਨਾ 8-10 ਲੱਖ ਬੰਦਾ ਬੈਠਾ, ਕਦ ਬੈਠੇ ਉੱਥੇ ਜਾ ਕੇ ਇਹ ਝੰਡੇ ਚੱਕ ਕੇ ਵੀ ਅਸੀਂ ਵਿੱਚ ਬੈਠੇ ਹਾਂ, ਇਹ ਤਾਂ ਇਹਨਾਂ ਦੀ ਗਲਤ ਗੱਲ ਹੈ। ਸਾਡੇ ਨਾਲ ਕੋਈ ਨਹੀਂ, ਉਹ ਤਾਂ ਆਪਦਾ ਇਕੱਠ ਦਿਖਾਉਂਦੇ ਨੇ, ਸਾਡੇ ਨਾਲ ਕੋਈ ਨਹੀਂ ਹੈ। ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਹੁਣ ਸਿਆਸੀ ਲੀਡਰਾਂ ਵੱਲੋਂ ਕਿਹਾ ਗਿਆ ਜਾ ਰਿਹਾ ਵੀ ਅਸੀਂ ਤਾਂ ਕਿਸਾਨ ਹਿਤੈਸ਼ੀ ਹਾਂ, ਤੁਸੀਂ ਕਿਸ ਤਰ੍ਹਾਂ ਦੇਖਦੇ ਹੋ? ਅਸੀਂ ਤਾਂ ਇਹ ਦੇਖਦੇ ਹਾਂ ਵੀ ਕਿਸਾਨ ਜਿਹੜੇ ਵੀ ਲੀਡਰ ਨੇ ਇਹ ਕੋਈ ਕਿਸਾਨੀ ਨਹੀਂ ਹਨ, ਇਹਨਾਂ ਨੂੰ ਪੈਸਿਆਂ ਦਾ ਆਪਦੇ ਗੜਫਣ ਦਾ ਜ਼ਿਆਦਾ ਹੋਇਆ ਵਾ ਮੁੱਦਾ ਵੀ ਵੋਟਾਂ ਆ ਰਹੀਆਂ ਨੇ ਅਸੀਂ ਫਲਾਣਾ ਲੀਡਰ ਬਣ ਜਾਏ ਧਿਮਕਾ ਲੀਡਰ ਬਣ ਜਾਏ, ਇਹ ਸਾਰੇ ਆਪੋ ਧਾਵ ਨੂੰ ਭੱਜਦੇ ਨੇ। ਬਾਕੀ ਬਰਮਿੰਦਰਾ ਇਹਨੇ ਵੀ ਬਹੁਤ ਖੂਬ ਬਣਾ ਲਿਆ, ਰਾਜੇ ਦੇ ਕੋਠੀ ਨੂੰ ਰੰਗ ਨਹੀਂ ਦੇ ਹੋਇਆ ਜਾਂ ਪਹਿਲਾਂ MLA ਦੀ ਇਹ ਹੁਣ ਰੰਗ ਤਾਂ ਰੰਗ ਬਹੁਤ ਬਣਾ ਲਏ ਨੇ। ਅਸੀਂ ਤਾਂ ਇਹ ਕਹਿੰਦੇ ਹਾਂ ਵੀ ਕੋਈ ਸਰਕਾਰ ਸਾਡੇ ਨਾਲ ਨਹੀਂ ਹੈਗੀ, ਅਸੀਂ ਤਾਂ ਇਹ ਸਰਕਾਰਾਂ ਤੋਂ ਖਿਲਾਫ਼ ਹੈ। ਜੇਕਰ ਤੁਹਾਡੇ ਪਿੰਡ ਵਿੱਚ ਸਿਆਸੀ ਲੀਡਰ ਆਉਂਦਾ ਫਲੈਕਸਾਂ ਦਾ ਤੁਸੀਂ ਜ਼ਰੂਰ ਲਗਾਤੀਆਂ, ਜੇ ਆਉਂਦਾ ਫਿਰ ਉਸਦਾ ਕੀ ਅਸਰ ਕਰੋਗੇ? ਉਸਦਾ ਅਸੀਂ ਵਿਰੋਧ ਕਰਾਂਗੇ, ਕਾਲੀਆਂ ਝੰਡੀਆਂ ਵੀ ਦਿਖਾਵਾਂਗੇ, ਕਿਸਾਨੀ ਦੇ ਝੰਡੇ ਵੀ ਦਿਖਾਵਾਂਗੇ, ਉਹਦਾ ਅਸੀਂ ਬਹੁਤ ਵੱਧ ਤੋਂ ਵੱਧ ਚੜ ਕੇ ਵਿਰੋਧ ਕਰਾਂਗੇ। ਸਾਡੇ ਨਾਲ ਹੋਰ ਵੀ ਕਿਸਾਨ ਨੇ, ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਲਗਾਤਾਰ ਦਿੱਲੀ ਦੇ ਬਰੂਹਾਂ 'ਤੇ 10 ਮਹੀਨੇ ਤੋਂ ਵੱਧ ਦਾ ਸਮਾਂ ਹੋ ਗਿਆ ਅਤੇ ਹੁਣ ਜਦੋਂ ਵੋਟਾਂ ਦਾ ਟਾਈਮ ਆ ਗਿਆ 2022 'ਚ ਚੋਣਾਂ ਵੀ ਨੇ, ਹੁਣ ਸਾਰੀ ਪਾਰਟੀਆਂ ਕਹਿ ਰਹੀਆਂ ਨੇ ਵੀ ਅਸੀਂ ਤਾਂ ਕਿਸਾਨ ਹਿਤੈਸ਼ੀ ਹਾਂ, ਕਿਸਾਨ ਹਿਤੈਸ਼ੀ ਤਾਂ ਮੋਦੀ ਵੀ ਮੰਨ ਰਿਹਾ, ਉਹ ਕਹਿੰਦਾ ਉਹ ਕਿਹੜਾ ਕਹਿੰਦਾ ਵੀ ਮੈਨੇ ਬਿੱਲ ਗਲਤ ਕਰੇ ਨੇ, ਉਹ ਵੀ ਨਹੀਂ ਕਹਿੰਦਾ ਬਿੱਲ ਗਲਤ ਕਰੇ ਨੇ, ਪਰ ਹਰ ਇੱਕ ਐਕਣ ਕਹਿੰਦਾ ਮੈਂ ਕਿਸਾਨਾਂ ਦੇ ਨਾਲ, ਮੋਦੀ ਵੀ ਕਹਿੰਦਾ ਮੈਂ ਕਿਸਾਨਾਂ ਦੇ ਨਾਲ, ਪਰ ਕਿਸਾਨਾਂ ਦੇ ਨਾਲ ਕਿਸਾਨਾਂ ਦੀ ਸੁਣ ਕੇ ਬਣੋ ਨਾ, ਪਹਿਲਾਂ ਕਿਸਾਨਾਂ ਦਾ ਝੰਡਾ ਚੱਕ ਕੇ ਕਿਸਾਨਾਂ ਦੇ ਨਾਲ ਜੁੜੋ। ਕਿਸਾਨਾਂ ਦੇ ਉਹ ਕਿਵੇਂ ਕਹਿ ਸਕਦੇ ਨੇ 600 ਤੋਂ ਵੱਧ ਦਿੱਲੀ ਦੇ ਬਰੂਹਾਂ 'ਤੇ ਸ਼ਹੀਦ ਹੋ ਗਏ ਕਿਸਾਨ, ਇੱਕ ਵਾਰੀ ਤਾਂ ਉਹਨੇ ਅਫਸੋਸ ਵੀ ਨਹੀਂ ਕੀਤਾ? ਅਫਸੋਸ ਤਾਂ ਕੀ ਕਰਨਾ ਉਹਨਾਂ ਨੂੰ, ਉਹ ਤਾਂ ਖੁਦ ਇੱਕਣ ਕਹਿ ਰਹੇ ਨੇ ਵੀ ਉਹ ਤਾਂ ਆਪਦੇ ਬਿਮਾਰੀਆਂ ਦੇ ਕਾਰਨ ਮਰੇ ਨੇ, ਬਿਮਾਰੀਆਂ ਦੇ ਕਾਰਨ ਤਾਂ ਜੇ ਤੁਸੀਂ ਆਪਦਾ ਘਰ ਛੱਡ ਕੇ ਕਿਤੇ ਹੋਰ ਮਰਦੇ ਹੋ ਨਾ ਜਾ ਕੇ, ਫਿਰ ਤੁਹਾਨੂੰ ਪਤਾ ਲੱਗੇ, ਤੁਸੀਂ ਆਪਦੇ ਪਰਿਵਾਰਾਂ 'ਚ ਵੀ ਮਰ ਸਕਦੇ ਸੀ ਉਹ ਜਾ ਕੇ, ਉਹ ਦਿੱਲੀ ਦੀ ਬਰੂਹਾਂ 'ਤੇ ਕਿਉਂ ਮਰੇ? ਉਹ ਆਪਦੇ ਪਰਿਵਾਰਾਂ 'ਚ ਆਪਦੇ ਪੁੱਤਾਂ ਤੋਂ ਪਾਣੀ ਪਵਾਉਂਦੇ ਮੂੰਹ 'ਚ, ਉੱਥੇ ਵੀ ਮਰ ਸਕਦੇ ਸੀ, ਉਹਨਾਂ ਨੂੰ ਜਾਨਾਂ ਦਾ ਹੈ ਹੀ ਨਹੀਂ, ਉਹਨਾਂ ਦੇ ਲਈ ਇਹ ਦੁਨੀਆ ਕੀੜੇ ਮਕੌੜੇ ਅੱਜ ਦੇ ਸਮੇਂ 'ਚ, ਉਹਨਾਂ ਦੇ ਬੜੀ ਹਕੂਮਤ ਆ ਗਈ ਹੱਥ 'ਚ, ਉਹਨਾਂ ਨੂੰ ਬਣੀ ਬਣਾਈ ਸਾਰੇ ਇੱਕ ਉੱਥੇ ਇੱਕਣ ਹੋ ਗਿਆ ਵੀ ਹਾਂ ਸਾਨੂੰ ਤਾਂ ਕੋਈ ਹਰਾਉਣ ਵਾਲਾ ਹੈਗਾ ਹੀ ਨਹੀਂ, ਹੁਣ ਉਹਨਾਂ ਨੂੰ ਪਤਾ ਲੱਗੂਗਾ ਵੀ ਹਰਾਉਣ ਵਾਲੇ ਵੀ ਇੱਥੇ ਨੇ ਅਤੇ ਜਿਤਾਉਣ ਵਾਲੇ ਵੀ ਉਰੇ ਨੇ, ਅਤੇ ਅਸੀਂ ਉਹ ਜਿਤਾਉਣ ਵਾਲੇ ਸੀ, ਅਸੀਂ ਉਹ ਹਰਾਉਣ ਵਾਲੇ ਹਾਂ, ਉਹਨਾਂ ਨੂੰ ਉਹ ਕੀੜੇ ਮਕੌੜੇ ਸਮਝਦੇ ਸੀ।
ਜਦ ਕੀੜੇ ਨੂੰ ਫੰਗ ਲੱਗ ਜਾਂਦੇ ਨੇ ਨਾ ਉਹ ਬਹੁਤਾ ਉੱਡ ਜਾਂਦਾ ਫਿਰ ਉਹ ਬਲਮ ਦੇ ਦਵੇ ਜਾ ਕੇ ਉਹਦੇ ਫੰਗ ਫੁੱਕਦੇ ਹੁੰਦੇ ਨੇ ਹੁਣ ਉਹਨਾਂ ਦਾ ਉਹ ਬਲਮ ਜਗ ਪਿਆ ਉਹ ਤਾਂ ਅਜੇ ਵੀ ਮੰਨਣ ਨੂੰ ਤਿਆਰ ਨਹੀਂ ਕਹਿੰਦੇ ਜਿਹੜੇ ਕਾਲੇ ਕਾਨੂੰਨ ਨੇ ਵੀ ਉਹ ਤਾਂ ਕਿਸਾਨ ਹਿਤੈਸ਼ੀ ਨੇ ਉਹਨਾਂ ਨੂੰ ਪਤਾ ਨਹੀਂ ਹੈਗਾ ਕਿਸਾਨਾਂ ਨੂੰ ਕਿਸਾਨਾਂ ਨੂੰ ਨਹੀਂ ਪਤਾ ਫਿਰ ਤੁਸੀਂ ਮਾੜਾ ਜਿਹਾ ਆ ਜਾਓ ਖੇਤਾਂ ਦੇ ਵਿੱਚ ਪਤਾ ਲੱਗ ਜੂਗਾ ਵੀ ਕਾਲੇ ਕਾਨੂੰਨ ਵੀ ਸਾਡੇ ਲਈ ਕੀ ਨੇ ਫਿਰ ਅਸੀਂ ਭੇਜਾਂਗੇ ਉਹਨਾਂ ਨੂੰ ਮੰਡੀਆਂ ਦੇ ਵਿੱਚ ਵੀ ਹਾਂ ਵੀ ਕਿਵੇਂ ਕਿਵੇਂ ਵੇਚੀਂਦੀ ਆ ਫਸਲ ਵੀ ਇੰਨਾ ਛੇ ਛੇ ਮਹੀਨੇ ਪਾਲ ਕੇ ਫਸਲ ਕਿਵੇਂ ਵੇਚੀਂਦੀ ਆ ਆਹ ਦੋ ਦਿਨ ਦਾ ਵਾ ਭਾਵੇਂ ਪੰਪ ਲਵਾ ਛੱਡਿਆ ਸਾਡੇ 'ਤੇ ਪਤਾ ਲੱਗਦਾ ਸਾਨੂੰ ਵੀ ਕਿਵੇਂ ਸਰੇਆਂ ਸਪਰੇਆਂ ਨਾਲ ਲੜਨਾ ਪੈਂਦਾ ਤੁਸੀਂ ਹੁਣ ਸਾਰੀ ਪਾਰਟੀਆਂ ਦਾ ਬਾਈਕਾਟ ਕੀਤਾ ਇੱਥੇ ਸਾਰੀਆਂ ਪਾਰਟੀਆਂ ਦਾ ਬਾਈਕਾਟ ਆ ਜਿਹੜਾ ਸਾਡੇ ਪਿੰਡ ਦੇ ਵਿੱਚ ਆਊਗਾ ਸਾਡੇ ਸਵਾਲ ਅਸੀਂ ਆਏ ਨਹੀਂ ਬਾਈਕਾਟ ਕਰਦੇ ਜਿਹੜਾ ਸਾਡੇ ਪਿੰਡ ਦੇ ਵਿੱਚ ਆਊਗਾ ਅਸੀਂ ਉਹਨੂੰ ਸਵਾਲ ਕਰਾਂਗੇ ਵੀ ਅਸੀਂ ਜਿਹੜੇ ਸਾਨੂੰ ਵਾਅਦੇ ਕਰੇ ਤੇ ਪਹਿਲਾਂ ਤਾਂ ਵੀ ਉਹ ਪੁੱਛਾਂਗੇ ਜਿੰਮ ਦੇ ਵਾਅਦੇ ਆ ਗਰਾਊਂਡਾਂ ਦੇ ਵਾਅਦੇ ਵੀ ਸਾਡੇ ਵਾਅਦੇ ਦੱਸ ਪਹਿਲਾਂ ਕਿੱਥੇ ਨੇ ਸਾਡੀ ਡਿਫੈਂਸਰੀ ਉੱਥੇ ਪਈ ਆ ਵੀ ਸਾਡੇ ਪਿੰਡ ਦੇ ਲਈ ਪਏ ਹਜੇ ਤੱਕ ਤੇ ਨੇ ਕੀ ਕਰਿਆ ਅਸੀਂ ਉਹਨਾਂ ਦਾ ਇੱਕਣ ਨਹੀਂ ਬਾਈਕਾਟ ਕਰਦੇ ਉਹਨਾਂ ਦਾ ਉਰੇ ਗੱਲਾਂ ਗੱਲਾਂ 'ਚ ਉਹਨਾਂ ਨੂੰ ਸਵਾਲ ਕਰਕੇ ਜਲੂਸ ਕੱਢ ਕੇ ਬਾਈਕਾਟ ਕਰਾਂਗੇ ਅਸੀਂ ਉਹਨਾਂ ਨੂੰ ਐਂ ਨਹੀਂ ਕਹਿੰਦੇ ਵੀ ਤੁਸੀਂ ਸਾਡੇ ਪਿੰਡ ਆਓ ਨਾ ਅਸੀਂ ਕਹਿੰਦੇ ਜੀ ਆਇਆਂ ਨੂੰ ਸਾਡੇ ਸਵਾਲਾਂ ਦੇ ਜਵਾਬ ਦੇ ਕੇ ਤੁਹਾਨੂੰ ਕੁਰਸੀ ਮਿਲੂਗੀ ਉਨਾ ਚਿਰ ਸਾਡੇ ਪਿੰਡ 'ਚ ਕੁਰਸੀ ਨਹੀਂ ਤੁਹਾਨੂੰ ਮਿਲਦੀ ਬ੍ਰਹਮਿੰਦਰਾ ਤੁਹਾਡੇ ਏਰੀਏ ਦਾ ਮੰਤਰੀ ਆ ਸਾਢੇ ਚਾਰ ਸਾਲ ਵਿੱਚ ਕੀ ਕੀਤਾ ਗਾ ਸਾਢੇ ਚਾਰ ਸਾਲ 'ਚ ਉਹਨੇ ਇਹ ਮੇਰੇ ਖਿਆਲ 'ਚ ਆ ਹੁਣ ਗੇੜਾ ਮਾਰਿਆ ਇੱਕ ਉਹਦੇ ਮੁੰਡੇ ਨੇ ਮਾਰਿਆ ਉਹਨੇ ਤਾਂ ਕਦੇ ਮਾਰਿਆ ਹੀ ਨਹੀਂ ਉਹਦਾ ਮੁੰਡਾ ਪੈਸੇ ਜੇ ਦੇ ਕੇ ਗਿਆ ਮੈਨੂੰ ਲੱਗਦਾ ਹੁਣ ਵੋਟਾਂ ਦੇ ਨਾ ਵੋਟਾਂ ਕਰਕੇ ਉਹ ਪੈਸੇ ਵੰਡ ਕੇ ਗਿਆ ਉਹਨੇ ਮੂਹਰਲੇ ਜਿਹੜੇ ਹੁੰਦੇ ਨੇ ਆਪਣੇ ਜ਼ਿਆਦਾ ਉਹ ਹੁੰਦੇ ਨੇ ਕਰੀਬੀ ਉਹਨਾਂ ਨੂੰ ਕਹਿ ਤਾ ਵੀ ਪੈਸੇ ਲਾ ਦਿਓ ਉਹਨਾਂ ਨੇ ਪੈਸੇ ਕਿਵੇਂ ਲਾਉਣੇ ਹੁੰਦੇ ਨੇ ਉਹਨਾਂ ਨੂੰ ਆਹੀ ਟਾਈਮ ਮਿਲਦਾ ਮਾੜਾ ਮੋਟਾ ਲਵੇ ਲਾਉਣ ਦਾ ਪੈਸਿਆਂ ਦਾ ਉਹਨਾਂ ਨੇ ਪੈਸੇ ਆਪਦੇ ਲਵੇ ਲਾ ਲਏ ਉਹ ਜੇ ਆਪ ਕਰੋੜ ਰੁਪਈਆ ਆ ਕਰੋੜ ਦੇ ਵਿੱਚੋਂ ਮਸਾਂ 30 ਕੁ ਲੱਖ ਰੁਪਈਆ ਉਹ ਵੀ ਨਹੀਂ ਲੱਗਦਾ ਮੈਨੂੰ ਲੱਗਦਾ ਵੀ ਉਹ ਬਾਕੀ ਦਾ ਪੈਸਾ ਖਾਧਾ ਜਾਊਗਾ ਸਾਰੇ ਵਾਅਦੇ ਕੀ ਕੀਤੇ ਵਾਅਦੇ ਤਾਂ ਇਹੀ ਕੀਤੇ ਸੀ ਗਰਾਊਂਡ ਦੇਵਾਂਗੇ ਤੁਹਾਨੂੰ ਜਿੰਮ ਦੇਵਾਂਗੇ ਜਦ ਤਾਂ ਵਾਅਦਿਆਂ ਦੇ ਵਿੱਚ ਆ ਗਏ ਸੀ ਪਹਿਲੀ ਗੇਲ ਸੀ ਉਹ ਗਰਾਊਂਡ ਜਿੰਮ ਵੀ ਤੁਹਾਡੇ ਪਿੰਡ ਦੇ ਵਿੱਚ ਆਹ ਇਹਦੀ ਦਵਾਈਆਂ ਦਾ ਡਿਸਪੈਂਸਰੀ ਬਣਾਵਾਂਗੇ ਮਤਲਬ ਜਿੰਮ ਤਾਂ ਹੈਗਾ ਜਿਵੇਂ ਹੁਣ ਨੌਜਵਾਨ ਪੀੜ੍ਹੀ ਨਸ਼ਿਆਂ ਦੇ ਵਿੱਚ ਲੱਗੀ ਪਈ ਆ ਤੁਸੀਂ ਕੀ ਕਹਿਣਾ ਚਾਹੁੰਦੇ ਜੇ ਸਹੂਲਤਾਂ ਦਿੰਦੇ ਤਾਂ ਫਿਰ ਨੌਜਵਾਨ ਨਸ਼ਿਆਂ ਵੱਲ ਤਾਂ ਨਹੀਂ ਤੁਰਦੀ ਜੇ ਸਹੂਲਤਾਂ ਦਿੰਦੇ ਸਾਡੇ ਪਿੰਡ ਪਹਿਲਾਂ ਇੱਕ ਪੁਰਾਣੀ ਜਿੰਮ ਹੁੰਦੀ ਸੀ ਜਦ ਦਾ ਸਾਡਾ ਯੂਥ ਸਾਰੇ ਹੀ ਵਧੀਆ ਜਿਹੜਾ ਉਹ ਜਿੰਮ ਲਾਉਂਦਾ ਸੀ ਉਦੋਂ ਬਾਅਦ ਉਹ ਜਿੰਮ ਟੁੱਟ ਗਈ ਉਹ ਖਿੰਡ ਗਈ ਸਾਡੀ ਜਿੰਮ ਉਦੋਂ ਬਾਅਦ ਸਾਡੇ ਪਿੰਡ 'ਚ ਨਾ ਤਾਂ ਕੋਈ ਖੇਡ ਦਾ ਸਾਧਨ ਬਣਿਆ ਨਾ ਸਾਡੇ ਪਿੰਡ ਨੂੰ ਗਰਾਊਂਡ ਜੁੜਿਆ ਕਦੇ ਇਹ ਨਾ ਸਾਡੇ ਪਿੰਡ ਨੂੰ ਜਿੰਮ ਜੁੜਿਆ ਉਦੋਂ ਬਾਅਦ ਉਹਨਾਂ ਨੂੰ ਮੁੰਡਿਆਂ ਨੂੰ ਮਿਲ ਗਿਆ ਬੇਲ ਉਹ ਨਸ਼ਿਆਂ ਨੂੰ ਪੈ ਗਏ ਇਹ 5 ਸਾਲ ਦੇ ਵਿੱਚ ਆ ਨਸ਼ਿਆਂ ਨੇ ਇੰਨਾ ਸਾਡਾ ਘਾਣ ਕਰ ਰੱਖਿਆ ਛੱਡ ਦੋ ਗੱਲਾਂ ਹੁਣ ਸਾਡੇ ਪਿੰਡ ਦੇ ਵਿੱਚ ਨਸ਼ਾ ਤਾਂ 5 ਮਿੰਟ 'ਚ ਦੀ ਮੰਗਾ ਲਈਏ ਅਸੀਂ 5 ਮਿੰਟ 'ਚ ਦੀ ਹਾਜ਼ਰ ਆ ਜੇ ਕੋਈ ਹੋਰ ਚੀਜ਼ ਮੰਗਾ ਲਈਏ ਉਹ ਨਹੀਂ ਸਾਡੇ ਪਿੰਡ 'ਚ ਆਉਂਦੀ ਨਸ਼ਾ 5 ਮਿੰਟਾਂ 'ਚ ਆਊ ਪਹਿਲਾਂ ਮੈਂ ਹੋਰ ਦੱਸਦਾ ਨਸ਼ੇ ਦਾ ਵੀ ਕਾਰਨ ਪਹਿਲਾਂ ਤਾਂ ਨਸ਼ੇ ਵਾਲੇ ਨਸ਼ਾ ਵੇਚਦੇ ਨੇ ਫਿਰ ਜਾਂਦਾ ਥਾਣੇਦਾਰ ਨੂੰ ਥਾਣੇਦਾਰ ਦਾ ਲਾਇਆ ਹੁੰਦਾ ਮੰਤਰੀਆਂ ਦਾ ਫਿਰ ਮੰਤਰੀ ਨਾਲ ਉਹਨਾਂ ਦਾ ਮਹੀਨਾ ਕਰਿਆ ਹੁੰਦਾ ਵੀ ਮਹੀਨੇ ਬਾਅਦ ਤੁਸੀਂ ਮੈਨੂੰ 1,00,000 ਰੁਪਈਆ ਦਿੰਦੇ ਹੋ ਇਹ ਨਸ਼ੇ ਵੀ ਤੁਸੀਂ ਉੱਥੋਂ ਨਸ਼ਾ ਨਾ ਵੇਚਣੋ ਹਟਾਓ ਵੀ ਸਾਨੂੰ ਉਹਨੂੰ ਅਫਸਰ ਨੂੰ ਦਊ ਪੈਸੇ ਨਸ਼ੇ ਵਾਲਾ ਨਸ਼ਾ ਅਫਸਰ ਗਾਹਾਂ ਉਹਨੂੰ ਦਊਗਾ ਮੰਤਰੀ ਨੂੰ ਇਹ ਮੰਤਰੀਆਂ ਦਾ ਕਮਾਈ ਦਾ ਸਾਧਨ ਹੈ ਨਸ਼ਾ ਜੇ ਨਸ਼ਾ ਬੰਦ ਹੋ ਗਿਆ ਮੰਤਰੀਆਂ ਨੇ ਮੰਤਰੀ ਸਾਡੇ ਪਰਿਵਾਰਾਂ 'ਚੋਂ ਨਸ਼ਾ ਵੇਚ ਕੇ ਸਾਡੇ ਪਰਿਵਾਰਾਂ ਨੂੰ ਗਾਲ ਕੇ ਸਾਨੂੰ ਇਹ ਪੈਸਾ ਦਿੰਦੇ ਨੇ ਉਹ ਨਸ਼ੇ ਦਾ ਹੀ ਪੈਸਾ ਸਾਨੂੰ ਆਏ ਹੋ ਜਾਂਦਾ ਬਸ ਵੀ ਸਾਨੂੰ ਪੈਸਾ ਆਇਆ ਸਾਡੇ ਜਵਾਕਾਂ ਨੂੰ ਗਾਲ ਕੇ ਫਿਰ ਪੈਸਾ ਦਿੰਦੇ ਨੇ ਸਾਨੂੰ ਕਿੰਨੇ ਕੁ ਨਸ਼ੇ ਦੇ ਲਾਗੇ ਤੁਹਾਡੇ ਪਿੰਡ ਸਾਡੇ ਪਿੰਡ ਦੇ ਵਿੱਚ ਮੈਂ ਕੁਛ ਵੀ ਨਹੀਂ ਕਹਿ ਸਕਦਾ ਬਹੁਤ ਸੈਂਟਰ ਸਾਡਾ ਪਿੰਡ ਮੇਰੇ ਖਿਆਲ 'ਚ ਹੁਣ ਤਾਂ ਚੁਣਵੇਂ ਹੋ ਰਹਿ ਗਏ 2-4 ਕੇ ਚੁਣਵੇਂ ਕਹਿ ਸਕਦਾ ਮੈਂ 2-4 ਕੇ ਇਹ ਵੀ ਸਵਾਲ ਪੁੱਛੋਗੇ ਜਦੋਂ ਆਉਣਗੇ ਲੀਡਰ ਵੀ ਤੁਸੀਂ ਤਾਂ ਵਾਅਦਾ ਕੀਤਾ ਸੀ ਨੌਕਰੀਆਂ ਦਾ ਜਿੰਮਾਂ ਦਾ ਉਲਟਾ ਤੁਸੀਂ ਨਸ਼ੇ 'ਤੇ ਲਾਤੇ ਉਹ ਨੌਕਰੀਆਂ ਦੀ ਤਾਂ ਮੈਂ ਆਸੇ ਛੱਡ ਚੁੱਕਿਆ ਮੈਂ ਤੁਹਾਨੂੰ ਗੱਲ ਦੱਸਦਾ ਵੀ ਨੌਕਰੀ ਦੀ ਤਾਂ ਅਸੀਂ ਆਸੇ ਛੱਡ ਚੁੱਕੇ ਨਸ਼ੇ ਉਹ ਰੋਕ ਲਾਣ ਵੀ ਅਸੀਂ ਆਪਣੀ ਖੇਤੀਆਂ ਕਰਦੇ ਤਾਂ ਰਹਿ ਜਾਂਗੇ ਖੇਤੀਆਂ ਵੀ ਖੋ ਰਹੇ ਨੇ ਵੀ ਉੱਧਰੋਂ ਮਾੜਾ ਮੋਟਾ ਬਣਾ ਜਾਂਦੇ ਨੇ ਕੁਛ ਵੀ ਖੇਤੀ ਕਰ ਲੈਂਦੇ ਨੇ ਹਜੇ ਉਹਨਾਂ ਉੱਧਰ ਸਰੀਰ ਬਣੀ ਜਾਂਦਾ ਇਹਨਾਂ ਦਾ ਨਸ਼ੇ ਵੇਚ ਕੇ ਇਹਨਾਂ ਨੇ ਸਾਡਾ ਬੇੜਾ ਗਰਕ ਕਰ ਚੁੱਕਿਆ ਅਸੀਂ ਇਹੀ ਸਵਾਲ ਕਰਾਂਗੇ ਉਹਨਾਂ ਨੂੰ ਆਇਆਂ ਨੂੰ ਵੀ ਸਾਡਾ ਐਂ ਦੱਸੋ ਵੀ ਸਾਡੇ ਪਿੰਡ 'ਚੋਂ ਨਸ਼ਾ ਬੰਦ ਹੋਇਆ ਜਿਹੜੀਆਂ ਤੁਹਾਨੂੰ ਗੱਲਾਂ ਕਹੀਆਂ ਸੀ ਬੜੇ ਲੈਵਲ 'ਤੇ ਨਸ਼ੇ ਦਾ ਵਾਅਦਾ ਕਰਿਆ ਸੀ ਤੁਹਾਨੂੰ ਇੱਕ ਨੇ ਤਾਂ ਗੁਟਕਾ ਸਾਹਿਬ ਦੀ ਸਹੁੰ ਖਾ ਕੇ ਉਹਨੂੰ ਤਾਂ ਲੱਗ ਗਿਆ ਸਰਾਫ ਉਹ ਤਾਂ ਗਿਆ ਉਹ ਗੁਰਾਂ ਦੀ ਬਾਣੀ ਨੂੰ ਉਈ ਮੰਨਦਾ ਸੀ
ਚਰਨਜੀਤ ਚੰਨੀ ਤੋਂ ਕੀ ਉਮੀਦ ਰੱਖਦੇ ਹੋ? ਉਹਨਾਂ ਨੇ ਹੁਣ ਆਏ ਨੇ ਅਤੇ ਕਾਂਗਰਸ ਵਿੱਚ ਜਿਹੜਾ ਭੁਚਾਲ ਵੀ ਆ ਗਿਆ, ਆਉਣ ਦਾ ਤਾਂ ਜੀ ਹਜੇ ਉਹਨਾਂ ਉਹ ਆਏ ਨੇ, ਜਦ ਆਉਂਦਾ ਨਾ ਬੰਦਾ ਜਦ ਤਾਂ ਬਹੁਤ ਕੁਛ ਕਰਦਾ, ਹਜੇ ਜਦ ਉਹ ਉਹਨੂੰ ਵਰਤਾਂਗੇ, ਆਪਾਂ ਕਹਿੰਦੇ ਨਹੀਂ ਕਿ ਕੋਈ ਚੀਜ਼ ਖਰੀਦ ਕੇ ਵਰਤ ਕੇ ਆਪਾਂ ਫਿਰ ਪਤਾ ਲੱਗਦਾ ਵੀ ਇਹ ਵਧੀਆ ਕਿ ਘਟੀਆ, ਉਹਨੂੰ ਜਦ ਵਰਤਾਂਗੇ ਜਦ ਪਤਾ ਲੱਗੂ, ਹਜੇ ਤਾਂ ਬਹੁਤ ਕੁਛ ਕਹਿ ਰਿਹਾ ਉਹ ਵੀ, ਹਜੇ ਉਹ ਵੀ ਸਾਡਾ ਹਾਇਤੀ ਨਹੀਂ, ਹਜੇ ਤਾਂ ਉਹਨੇ ਕਿਸਾਨਾਂ ਦੇ ਲਈ ਕੁਛ ਵੀ ਨਹੀਂ, ਖੱਟਰ ਲਵੇ ਜਾ ਵੀ ਆਇਆ ਉਹ ਤੋਂ ਸਰੋਪਾ ਪਵਾ ਵੀ ਆਇਆ ਉਹ ਤੋਂ ਫੁੱਲ ਵੀ ਲਿਆ ਆ, ਇਹਨੂੰ ਦੀਂਦਾ ਨਹੀਂ ਸੀ ਵੀ ਉਹਨੇ ਕਿਸਾਨਾਂ ਅਤੇ ਪੰਜਾਬ ਦਿਆਂ 'ਤੇ ਕੀ ਕਰਿਆ, ਉਹਨੂੰ ਦੀਂਦਾ ਨਹੀਂ ਸੀ ਵੀ ਉਹਨੂੰ ਮੇਰਾ ਮਿਲਣ ਦਾ ਕੋਈ ਹੱਕ ਨਹੀਂ, ਇਹਦੇ ਨਾਲ ਕੈਪਟਨ ਵੀ ਹਜੇ ਮੈਨੂੰ ਤਾਂ ਲੱਗਦਾ ਠੀਕ ਸੀ, ਜਿਹੜਾ ਇੱਕਣ ਦਾ ਕਹਿੰਦਾ ਸੀ ਉਹਨੂੰ ਖੱਟਣ ਨੂੰ ਸਿੱਧਾ ਤਾਂ ਪੈਂਦਾ ਸੀ, ਇਹ ਤਾਂ ਜਾ ਕੇ ਉਹ ਤੋਂ ਫੁੱਲ ਫੜਦਾ ਜਾ ਕੇ, ਇਹ ਉਦੋਂ ਵੀ ਮਾੜਾ ਮੈਨੂੰ ਲੱਗਦਾ ਇਸ ਹਿਸਾਬ ਨਾਲ, ਤਾਂ ਫਿਰ ਜਾਂ ਕਿਸਾਨਾਂ ਦੇ ਹੱਕ 'ਚ ਖੜਨ ਵਾਲੇ ਉਹ ਉੱਧਰਲੇ ਮੰਤਰੀ ਤੋਂ ਜਾ ਕੇ ਫੁੱਲ ਫੜਦਾ, ਉਹ ਤੋਂ ਸਰੋਪੇ ਪਵਾਉਂਦਾ ਇਹ ਜਾ ਕੇ, ਤਾਂ ਉਹ ਕਹਿ ਰਹੇ ਨੇ ਚੰਨੀ ਕਹਿੰਦੇ ਨੇ ਮੈਂ ਦਿੱਲੀ ਜਾ ਕੇ ਕਿਸਾਨਾਂ ਦੇ ਵਿੱਚ ਬੈਠੂੰਗਾ, ਤੁਸੀਂ ਕਿਸ ਤਰ੍ਹਾਂ ਦੇਖਦੇ? ਬੈਠਣ ਦੇ ਨਾਲ ਨਹੀਂ, ਸਾਰੀ ਪਾਰਟੀ ਨੂੰ ਲੈ ਕੇ ਅੱਜ ਮੁਖੀ ਆ ਉਹ, ਸਾਰੀ ਪਾਰਟੀ ਨੂੰ ਕਿਸਾਨਾਂ ਦਾ ਝੰਡਾ ਲੈ ਕੇ ਉੱਥੇ ਓਨਾ ਚਿਰ ਬੈਠੇ ਜਿੰਨਾ ਚਿਰ ਸਾਡੇ ਕਾਨੂੰਨ ਰੱਦ ਨਹੀਂ ਹੁੰਦੇ, ਅਸੀਂ ਓਨਾ ਚਿਰ ਮੰਨਾਂਗੇ ਉਹਨੂੰ। ਝੰਡਾ ਕਿਸਾਨੀ ਦਾ ਤਾਂ ਇੱਕ ਪਾਸੇ, ਉਹਨਾਂ ਦਾ ਕਾਂਗਰਸ ਦਾ ਝੰਡਾ ਨਹੀਂ ਠੀਕ ਹੁੰਦਾ, ਉਹ ਤਾਂ ਭੁਚਾਲ ਆਇਆ ਪਿਆ ਗਾ, ਉਹ ਭੁਚਾਲ ਤਾਂ ਫਿਰ ਪਹਿਲਾਂ ਇੱਕਣੇ ਕਿਹੜਾ ਝਾੜੂ ਖਿੰਡ ਗਿਆ ਸੀ, ਉਹ 'ਚੋਂ ਪਹਿਲਾਂ ਕਿਹੜਾ ਤੀਲੀਆਂ ਖਿੰਡ ਗਈਆਂ ਤੀਆਂ, ਇੱਕਣੇ ਇਹਦੇ ਰੰਗ ਖਿੰਡ ਗਏ, ਵਿੱਚੋਂ ਪੰਜਾ ਗਿਆ, ਆਹ ਸਿੱਧੂ ਆਪਦਾ ਹੁਣ ਆਹ ਕਹਿੰਦਾ ਮੈਂ ਨਹੀਂ, ਇਹ ਪਾਰਟੀ 'ਚ ਰਹਿੰਦਾ ਪਹਿਲਾਂ ਕੈਪਟਨ ਨਹੀਂ ਰਿਹਾ, ਮੈਨੂੰ ਤਾਂ ਇਹ ਪਾਰਟੀ ਉਹ ਨਹੀਂ ਰਹਿੰਦੀ ਇਸ ਹਿਸਾਬ ਨਾਲ, ਹੁਣ ਇਹਨਾਂ ਨੂੰ ਆਪਦੀ ਉਹ ਸੋਚ ਪਈ ਆ, ਇਹਨਾਂ ਨੂੰ ਆਏ ਤੀ ਵੀ ਚੰਨੀ ਨੂੰ ਖੜਾ ਕੇ ਅਸੀਂ ਗਰੀਬਾਂ ਦੀਆਂ ਵੋਟਾਂ ਲੈ ਲਾਂਗੇ, ਉਹ ਇਹਨਾਂ ਨੂੰ ਗਰੀਬ ਦੀ ਵੋਟ ਵੀ ਨਹੀਂ ਮਿਲਦੀ ਮੈਨੂੰ ਤਾਂ ਲੱਗਦਾ, ਉਹ ਇਹਨੂੰ ਐਂ ਨਹੀਂ ਪਤਾ ਗਰੀਬ ਕਿਹਨਾਂ ਨਾਲ ਨੇ, ਕਿਸਾਨਾਂ ਨਾਲ ਨੇ, ਜੇ ਅਸੀਂ ਉਹ ਕਰਦੇ ਹਾਂ ਤਾਂ ਸਾਡੇ ਖੇਤਾਂ ਦੇ ਵਿੱਚ ਉਹ ਵਿਚਾਰੇ ਕੰਮ ਕਰਦੇ ਨੇ, ਸਾਡੇ ਪਰਿਵਾਰਾਂ ਨਾਲ ਜੁੜੇ ਹੋਏ ਨੇ, ਸਾਡੇ ਆਪਦੇ ਪਰਿਵਾਰ ਨੇ, ਹਰ ਇੱਕ ਪਰਿਵਾਰ ਨਾਲ ਇੱਕ ਮਜ਼ਦੂਰ ਜੁੜਿਆ ਹੋਇਆ ਜਿਹੜਾ ਉਹ ਪਰਿਵਾਰ ਦੇ ਨਾਲ ਉਹਦੀ ਸਾਰੀ ਦੇਖਭਾਲ ਕਰਦਾ, ਇੱਕ ਮਜ਼ਦੂਰ ਇੱਕ ਹਰ ਇੱਕ ਪਰਿਵਾਰ ਦਾ। ਬੀਜੇਪੀ ਤਾਂ ਅਜੇ ਵੀ ਕਹਿ ਰਹੀ ਹੈ 2022 ਦੀਆਂ ਚੋਣਾਂ 'ਚ ਪਿੰਡ ਪਿੰਡ ਅਸੀਂ ਪ੍ਰਚਾਰ ਕਰਾਂਗੇ, ਵੀ ਸਾਡੀ ਸਰਕਾਰ ਤਾਂ ਯਕੀਨੀ ਹੈ, ਕਹਿਣ ਦਾ ਤਾਂ ਬਹੁਤ ਕੁਛ ਹੁੰਦਾ, ਕਹਿਣ ਨੂੰ ਤਾਂ ਬਰਮਿੰਦਰਾ ਹੋਰ ਬਹੁਤ ਕੁਛ ਕਹਿ ਗਏ ਅਤੇ ਸਾਨੂੰ ਪਿੰਡ ਨੂੰ ਉਹ ਬੜੇ ਲੈਵਲ 'ਤੇ ਆ ਗਿਆ, ਕਹਿਣ ਨੂੰ ਤਾਂ ਬਹੁਤ ਕੁਛ ਕਹਿੰਦੀ ਆ ਦੁਨੀਆ, ਪਰ ਬਣਦਾ ਕੁਛ ਨਹੀਂ, ਨਾ ਉਹਨਾਂ ਨੂੰ ਆਉਣ ਦਈਏ, ਨਾ ਉਹਨਾਂ ਦੇ ਛੋਟੇ ਮੋਟੇ ਲੀਡਰਾਂ ਨੂੰ ਉੱਠਣ ਦਈਏ, ਉਹਨਾਂ ਨੂੰ ਤਾਂ ਜਮੀ ਨਹੀਂ ਉੱਠਣ ਦਿੰਦੇ, ਵੀ ਹਜੇ ਦੂਜਿਆਂ ਨੂੰ ਅਸੀਂ ਸਵਾਲ ਕਰਾਂਗੇ ਦੂਜੀਆਂ ਪਾਰਟੀਆਂ ਦੇ ਨੂੰ, ਉਹਨਾਂ ਦਾ ਤਾਂ ਸਾਡੇ ਪਿੰਡ 'ਚ ਇੱਕ ਮੈਨੂੰ ਤਾਂ ਲੱਗਦਾ ਉਹਦਾ ਝੰਡਾ ਵੀ ਲੈ ਕੇ ਲੰਘ ਗਿਆ, ਉਹਨੂੰ ਖਾ ਜਾਣਗੇ ਲੋਕ ਉਹਨਾਂ ਦੀ ਪਾਰਟੀ ਦਾ, ਬੀਜੇਪੀ ਨੂੰ, ਮੋਦੀ ਸਰਕਾਰ ਦੇ ਤਾਂ ਝੰਡੇ ਨੂੰ ਇਹ ਕਬੂਲ ਨਹੀਂ ਕਰਦੇ, ਉਹ ਤਾਂ ਬੀਜੇਪੀ ਤਾਂ ਰਹੀ ਨਹੀਂ, ਉਹ ਤਾਂ ਮੋਦੀ ਕਹਿੰਦਾ ਨਹੀਂ ਹੁੰਦਾ, ਉਹ ਮੋਦੀ ਸਰਕਾਰ ਬਣ ਗਈ, ਉਹ ਕਹਿੰਦਾ ਬੀਜੇਪੀ ਤਾਂ ਕਹਿੰਦੇ ਨੌ ਆਏ ਹੀ ਨਹੀਂ ਇਹਦੇ ਵਿੱਚ, ਕਹਿੰਦਾ ਇਹ ਤਾਂ ਮੋਦੀ ਸਰਕਾਰ ਹੈ। ਤੁਸੀਂ ਕਿਸ ਤਰ੍ਹਾਂ ਦੇਖਦੇ ਹੋਰ ਕਿੰਨਾ ਕੁ ਸੰਘਰਸ਼ ਕਰਨਾ ਪਊਗਾ? ਤੁਸੀਂ ਬਾਈਕਾਟ ਦਾ ਤਾਂ ਜ਼ਰੂਰ ਇੱਥੇ ਬੈਨਰ ਲਗਾ ਦਿੱਤੇ, ਹੋਰ ਕੀ ਲੱਗਦਾ ਵੀ ਕਿੰਨਾ ਕੁ ਜੀ ਕੀ ਪਤਾ 22 ਤੱਕ ਤਾਂ ਚੱਲਦੇ ਚੱਲੂ ਹੋ ਸਕਦਾ 24 ਤੱਕ ਵੀ ਚੱਲ ਜਾਵੇ ਜੀ, ਜਿਹੜੇ ਉੱਥੇ ਬਹਿ ਕੇ ਪਿੱਛੇ ਤਾਂ ਨਹੀਂ ਮੁੜਦੇ, ਕਦੇ ਗਿਣਤੀ ਘੱਟ ਜਾਂਦੀ ਹੈ ਕਦੇ ਵੱਧ ਜਾਂਦੀ ਹੈ ਜੀ, ਉਹ ਦਿੱਲੀ ਜਾਂਦੇ ਰਹਿੰਦੇ ਆਉਂਦੇ ਰਹਿੰਦੇ ਆ, ਇੱਥੇ ਉੱਠਣ ਵਾਲਾ ਤਾਂ ਕੁਝ ਨਾ ਹੁੰਦੇ ਨਹੀਂ, ਕਾਨੂੰਨ ਰੱਦ ਕੋਈ ਕਹਿ ਨਹੀਂ ਰਿਹਾ ਵੀ ਅਸੀਂ ਉੱਠਾਂਗੇ, ਨਾ ਕੋਈ ਉਹ ਕਹਿ ਰਿਹਾ ਸਾਡਾ ਕੋਈ ਲੀਡਰ ਕਹਿ ਰਿਹਾ ਉੱਠਣ ਦਾ, ਤਾਂ ਕੋਈ ਸਵਾਲ ਪੈ ਜਾਂਦੇ, ਬਾਕੀ ਮੋਦੀ ਨੇ ਦੇਖਣਾ ਕਦੋਂ ਕਰਦਾ ਨਹੀਂ ਕਰਦਾ, ਇਹ ਸੰਘਰਸ਼ ਚੱਲੂਗਾ ਜੀ। ਇਹ ਸਨ ਲਬਾਣਾ ਟੇਕੂ ਦੇ ਜੋ ਨਿਵਾਸੀ, ਇਹਨਾਂ ਨੇ ਤਾਂ ਇਹੀ ਕਿਹਾ ਕਿ ਜੋ ਵੀ ਕੋਈ ਇੱਥੇ ਸਿਆਸੀ ਲੀਡਰ ਆਏਗਾ ਉਸ ਤੋਂ ਪੁੱਛਿਆ ਜਾਏਗਾ ਉਹਨਾਂ ਨੇ ਕਿਸਾਨੀ ਲਈ ਕੀ ਕੀਤਾ, ਅਤੇ ਦਿਨੋ ਦਿਨ ਜੋ ਸ਼ਹਿਰ ਅਤੇ ਪਿੰਡਾਂ ਦੇ ਲੋਕ ਹੁਣ ਜਾ ਚੁੱਕੇ ਨੇ ਅਤੇ ਹੁਣ ਪਿੰਡਾਂ ਵਿੱਚ ਸਿਆਸੀ ਲੋਕਾਂ ਦਾ ਅੰਦਰ ਵੜਨਾ ਵੀ ਦੁੱਭਰ ਹੋ ਜਾਏਗਾ। ਨਾਭਾ ਤੋਂ ਭੁਪਿੰਦਰ ਸਿੰਘ, ਗਲੋਬਲ ਪੰਜਾਬ ਟੀਵੀ ਲਈ। ਹੁਣ ਤੁਸੀਂ ਦੇਖ ਸਕਦੇ ਹੋ ਗਲੋਬਲ ਪੰਜਾਬ ਟੀਵੀ ਨੂੰ, ਡਾਊਨਲੋਡ ਕਰੋ ਸਾਡੀ ਐਪ ਐਂਡਰੋਇਡ ਜਾਂ iOS ਤੇ ਫ੍ਰੀ ਵਿੱਚ, ਰੋਕੂ ਅਤੇ ਐਮਾਜ਼ਾਨ ਫਾਇਰ ਟੀਵੀ ਤੇ ਜਾਂ ਐਪਲ ਟੀਵੀ ਤੇ, ਨਾਲ ਹੀ ਦੇਖ ਸਕਦੇ ਹੋ ਲਾਈਵ ਸਟ੍ਰੀਮਿੰਗ www.globalpunjabtv.com ਤੇ।